Audio Jungle. ਤੁਸੀਂ ਵੇਖ ਰਹੇ ਹੋ ਚੈਨਲ ਵੈਂਦਿਦਰਿਆ ਤੇ ਮੈਂ ਹਰੀਨਾ ਸੁਮਨ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ। ਪਹਿਲਾਂ ਖਾਸ ਖਬਰਾਂ ਤੇ ਮਾਰਦੇ ਹਾਂ ਨਜ਼ਰ। ਨੇਪਾਲ ਚ ਬੋਲਣ ਲੱਗਾ ਚੀਨ ਭਾਰਤ ਦੇ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਵਿਖਾਇਆ। ਪਤਨੀਆਂ ਤੋਂ ਤੰਗ ਆਏ ਮਰਦ ਸਾਧੂ ਬਣ ਕੇ ਮੰਦਰਾਂ ਚ ਲੱਗੇ ਖੜਕਾਉਣ ਟੱਲ। 25 ਮਈ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ, 2 ਘੰਟੇ ਪਹਿਲਾਂ ਏਅਰਪੋਰਟ ਤੇ ਪਹੁੰਚਣਾ ਹੋਵੇਗਾ ਜ਼ਰੂਰੀ। ਪੀਐਮ ਕੇਅਰ ਫੰਡ ਤੇ ਸਵਾਲ ਉਠਾਉਣ ਤੇ ਸੋਨੀਆ ਗਾਂਧੀ ਵਿਰੁੱਧ ਕਰਵਾਇਆ ਮੁਕਦਮਾ ਦਰਜ। ਕੱਲ ਆਏ ਚੱਕਰਵਤੀ ਤੂਫਾਨ ਕਾਰਨ ਪੱਛਮੀ ਬੰਗਾਲ ਚ ਹੋਈਆਂ 72 ਮੌਤਾਂ, ਕੋਲਕਾਤਾ ਏਅਰਪੋਰਟ ਵੀ ਪਾਣੀ ਚ ਘਿਰਿਆ। ਭਾਰਤ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1,12,000 ਤੋਂ ਉੱਪਰ ਪੁੱਜੀ, ਮਰੀਜ਼ ਵਧਣ ਦੀ ਰਫ਼ਤਾਰ ਹੋਈ ਤੇਜ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨਾਲ ਸਰਹੱਦੀ ਵਿਵਾਦ ਦੇ ਮਾਮਲੇ ਵਿਚ ਨੇਪਾਲ ਵੀ ਉਲਝਦਾ ਦਿਖਾਈ ਦੇ ਰਿਹਾ ਹੈ। ਨੇਪਾਲ ਦੀ ਕੈਬਨਿਟ ਨੇ ਇਕ ਨਵਾਂ ਨਕਸ਼ਾ ਜਾਰੀ ਕੀਤਾ ਹੈ, ਜਿਸ ਵਿਚ ਭਾਰਤ ਦੇ ਲਿਪੂਲੇਖ, ਕਾਲਾ ਪਾਣੀ ਅਤੇ ਲਿਪੀਆਂ ਧੁਰਾ ਤਿੰਨਾਂ ਇਲਾਕਿਆਂ ਨੂੰ ਆਪਣੇ ਖੇਤਰ ਵਿਚ ਵਿਖਾਇਆ ਗਿਆ ਹੈ, ਜਦੋਂ ਕਿ ਇਹ ਇਲਾਕੇ ਭਾਰਤ ਦਾ ਹਿੱਸਾ ਹਨ। ਨੇਪਾਲ ਨੇ ਉੱਤਰਾਖੰਡ ਨਾਲ ਲੱਗਦੀ ਸਰਹੱਦ ਨਾਲ ਛੇੜਛਾੜ ਕੀਤੀ ਹੈ। ਨੇਪਾਲ ਨੂੰ ਇਹ ਹੱਲਾਸ਼ੇਰੀ ਚੀਨ ਵੱਲੋਂ ਦਿੱਤੀ ਜਾ ਰਹੀ ਲੱਗਦੀ ਹੈ। ਨੇਪਾਲੀ ਪੀਐਮ ਨੇ ਆਪਣੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਲਈ ਭਾਰਤ ਨੂੰ ਦੋਸ਼ੀ ਠਹਿਰਾਇਆ। ਉਸਨੇ ਕਿਹਾ ਕਿ ਜਿਹੜੇ ਨੇਪਾਲ ਦਾ ਇਲਾਕਾ ਭਾਰਤ ਦੇ ਕਬਜ਼ੇ ਵਿਚ ਹੈ, ਉਸ ਨੂੰ ਹਰ ਹਾਲ ਵਾਪਸ ਲਿਆ ਜਾਵੇਗਾ। ਨੇਪਾਲ ਭਾਰਤ ਵੱਲੋਂ ਮਾਨ ਸਰੋਵਰ ਝੀਲ ਨੂੰ ਮਿਲਾਉਣ ਵਾਲੀ ਸੜਕ ਦੇ ਨਿਰਮਾਣ ਤੇ ਵੀ ਕਾਫੀ ਔਖਾ ਹੈ। ਸਰਕਾਰ ਵੱਲੋਂ ਔਰਤਾਂ ਦੇ ਹੱਕ ਵਿਚ ਬਣਾਏ ਗਏ ਕਾਨੂੰਨ ਮਰਦਾਂ ਲਈ ਮੁਸੀਬਤ ਬਣਦੇ ਦਿਖਾਈ ਦਿੰਦੇ ਹਨ, ਕਿਉਂਕਿ ਕਈ ਵਾਰ ਕਾਨੂੰਨ ਦੀ ਦੁਰਵਰਤੋਂ ਕਰਕੇ ਮਿਲੀ ਰਾਹਤ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਹਾਲਾਤ ਇਹ ਨੇ ਕਿ ਮਰਦ ਪਤੀ ਕਾਨੂੰਨ ਸ਼ਿਕੰਜੇ ਤੋਂ ਡਰਦੇ ਸੰਨਿਆਸੀ ਬਣ ਕੇ ਮੰਦਰਾਂ ਵੱਲ ਟੱਲ ਖੜਕਾਉਣ ਲੱਗੇ ਹਨ। ਅਜਿਹੇ ਮਾਮਲੇ ਮੱਧ ਪ੍ਰਦੇਸ਼ ਦੇ ਜੱਬਲਪੁਰ ਇਲਾਕੇ ਵਿਚ ਸਾਹਮਣੇ ਆਏ ਹਨ। ਇਸ ਇਲਾਕੇ ਵਿਚ ਪਤਨੀਆਂ ਵੱਲੋਂ ਪਤੀਆਂ ਖਿਲਾਫ਼ ਦਰਜ ਕਰਵਾਏ ਮੁਕਦਮਿਆਂ ਤੋਂ ਬਾਅਦ 4500 ਦੀ ਗਿਣਤੀ ਚ ਪਤੀ ਘਰ ਤੋਂ ਫਰਾਰ ਹੋ ਚੁੱਕੇ ਹਨ, ਜੋ ਸੰਨਿਆਸੀ ਬਣ ਕੇ ਨਰਮਦਾ ਤੱਟ ਤੇ ਸਥਿਤ ਮੰਦਰਾਂ ਵਿਚ ਬੈਠ ਕੇ ਪੂਜਾ ਅਰਚਨਾ ਕਰ ਰਹੇ ਹਨ। ਇਹ ਮਾਮਲੇ ਹੈਰਾਨੀ ਭਰੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਹੈ ਕਿ 25 ਮਈ ਤੋਂ ਕੁਝ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਅੱਜ ਯਾਤਰੀ ਅਤੇ ਏਅਰਪੋਰਟ ਆਪਰੇਟਰਸ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਾਰੀ ਕੀਤਾ ਹੈ, ਜਿਸ ਵਿਚ 14 ਸਾਲ ਦੇ ਬੱਚਿਆਂ ਨੂੰ ਛੋਟ ਦੇਣ ਅਤੇ ਬਾਕੀ ਸਾਰੇ ਯਾਤਰੀਆਂ ਨੂੰ ਆਰੋਗਿਆ ਐਪ ਡਾਊਨਲੋਡ ਕਰਨਾ ਜ਼ਰੂਰੀ ਕੀਤਾ ਗਿਆ ਹੈ। ਹਰ ਯਾਤਰੀ ਨੂੰ ਏਅਰਪੋਰਟ ਤੇ ਉਡਾਣ ਤੋਂ 2 ਘੰਟੇ ਪਹਿਲਾਂ ਪਹੁੰਚਣਾ ਜ਼ਰੂਰੀ ਕੀਤਾ ਗਿਆ ਹੈ। ਇਸ ਵਾਸਤੇ ਉਹ ਪਬਲਿਕ ਟ੍ਰਾਂਸਪੋਰਟ, ਟੈਕਸੀ ਅਤੇ ਨਿੱਜੀ ਵਹੀਕਲ ਦਾ ਇਸਤੇਮਾਲ ਕਰ ਸਕਦੇ ਹਨ। ਏਅਰਪੋਰਟ ਅੰਦਰ ਜਾਣ ਸਮੇਂ ਮਾਸਕ ਅਤੇ ਗਲਵਸ ਪਹਿਨੇ ਹੋਣੇ ਚਾਹੀਦੇ ਹਨ। ਸਰਕਾਰ ਵੱਲੋਂ ਇਹ ਵੀ ਹਦਾਇਤਾਂ ਹਨ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਤੋਂ ਬਿਮਾਰ ਲੋਕ ਸਫ਼ਰ ਨਾ ਕਰਨ। ਕਾਂਗਰਸੀ ਆਗੂ ਸੋਨੀਆ ਗਾਂਧੀ ਦੇ ਖਿਲਾਫ਼ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ 'ਚ FIR ਦਰਜ ਕਰਵਾਈ ਗਈ ਹੈ, ਕਿਉਂਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਿਛਲੇ ਦਿਨੀ ਪੀਐਮ ਫੰਡ ਨੂੰ ਲੈ ਕੇ ਟਵੀਟ ਕੀਤਾ ਸੀ। ਸ਼ਿਕਾਇਤਕਰਤਾ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਸੋਨੀਆ ਗਾਂਧੀ ਨੇ ਭਾਰਤ ਸਰਕਾਰ ਦੇ ਵਿਰੁੱਧ ਬਿਆਨ ਦੇ ਕੇ ਲੋਕਾਂ ਨੂੰ ਸਰਕਾਰ ਦੇ ਖਿਲਾਫ਼ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਸੋਨੀਆ ਨੇ ਟਵੀਟ ਵਿਚ ਪੀਐਮ ਕੇਅਰ ਫੰਡ ਨੂੰ ਲੈ ਕੇ ਕਿਹਾ ਸੀ ਕਿ ਨਾ ਤੋਂ ਹੀ ਸਪਸ਼ਟ ਹੋ ਰਿਹਾ ਹੈ ਕਿ ਇਹ ਫੰਡ ਜਨਤਾ ਦੀ ਨਹੀਂ ਪੀਐਮ ਕੇਅਰ ਲਈ ਹੈ। ਸੋਨੀਆ ਨੇ ਕਿਹਾ ਸੀ ਕਿ ਜੇ ਪੀਐਮ ਵਿਚ ਲੋਕਾਂ ਦੀ ਕੇਅਰ ਦੀ ਇੱਛਾ ਸ਼ਕਤੀ ਹੁੰਦੀ ਤਾਂ ਸੜਕਾਂ ਤੇ ਮਜ਼ਦੂਰਾਂ ਦੇ ਲੰਬੇ ਕਾਫਲੇ ਨਾ ਦਿਸਦੇ। ਬੀਤੇ ਦਿਨ ਜਦੋਂ ਚੱਕਰਵਤੀ ਤੂਫਾਨ ਬੰਗਾਲ ਦੇ ਤੱਟ ਨਾਲ ਟਕਰਾਇਆ ਸੀ ਤਾਂ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸੀ। ਪੱਛਮੀ ਬੰਗਾਲ ਅਤੇ ਓਡੀਸ ਵਿਚ ਤਬਾਹੀ ਮਚਾਉਣ ਤੋਂ ਬਾਅਦ ਇਸ ਦੀ ਰਫ਼ਤਾਰ ਹੁਣ ਮੱਧਮ ਹੋ ਗਈ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਸਿਆ ਕਿ ਤੂਫਾਨ ਦੀ ਵਜ੍ਹਾ ਨਾਲ ਬੰਗਾਲ ਵਿਚ 72 ਮੌਤਾਂ ਹੋਈਆਂ ਹਨ, 5500 ਘਰ ਤਬਾਹ ਹੋਏ ਹਨ ਤੇ ਹੋਰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕੋਲਕਾਤਾ ਦਾ ਹਵਾਈ ਅੱਡਾ ਵੀ ਪਾਣੀ ਵਿਚ ਘਿਰ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਤਬਾਹੀ ਕਦੇ ਵੀ ਨਹੀਂ ਵੇਖੀ। ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਖੁਦ ਆ ਕੇ ਇੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ। ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਿਚ ਵੀ ਵਾਧਾ ਹੋਇਆ ਹੈ। ਦੇਸ਼ ਵਿਚ ਹੁਣ ਤੱਕ 45,299 ਮਰੀਜ਼ ਠੀਕ ਹੋਏ ਹਨ। 21 ਮਈ ਤੱਕ 26,15,920 ਸੈੱਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੇਸ਼ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 1,13,400 ਤੱਕ ਪੁੱਜ ਗਈ ਹੈ। ਇਹ ਅੰਕੜੇ COVID-19 ਇੰਡੀਆ ਆਰਗੇਨਾਈਜੇਸ਼ਨ ਦੇ ਆਧਾਰ ਤੇ ਹਨ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਧੰਨਵਾਦ।